ਮੈਂ ਦੱਸਦਾ ਨਾ ਮਸਕੀ ਬਾਤ ਚਾਚਾ, ਇਹ ਕਿਤਨੀਆਂ ਸੋਹਣੀਆਂ ਗੱਲਾਂ ਕਰਦੇ ਤੁਸੀਂ, ਕਿਤਨੀਆਂ ਬੰਦਾ ਆਦਮੀਆਂ ਆਖਦਾ ਇਹ ਸਚਿਨ ਇਹਦੀ ਜਨਕਾ ਦਾ ਵਿਆਹ ਹੋਇਆ, ਇਸ ਗ੍ਰਾਂ ਦੇ ਉਰਦੀ ਪਰ ਦੇ ਸਾਰੇ ਆਪਣੇ ਮਕਾਨ ਵੀ ਖਾਲੀ ਕਰਾਇਆ ਗੁਆਂਢੀਆਂ ਦੇ ਵੀ। ਤੁਸੀਂ ਕਿਸ ਤਰ੍ਹਾਂ ਹੱਸਦੇ ਹੋ ਕਿ ਜਾਇਜ਼ਾ ਵਾਸਤੇ ਖਾਲੀ ਕੀਤਾ, ਕਿਸੇ ਹੋਰ ਕੰਮਾਂ ਵਾਸਤੇ ਵੀ ਤਾਂ ਖਾਲੀ ਕਰਿਆ ਨਾ। ਜਾਇਜ਼ਾ ਵਾਸਤੇ, ਜਾਇਜ਼ਾ ਵਾਸਤੇ, ਇਹਨਾਂ ਸੁਣੋ ਗੱਲ ਤਾਂ ਨਹੀਂ ਕੀਤੀ ਤੁਸੀਂ ਕਿਆ ਇਹਨਾਂ ਨੂੰ ਤੰਗ ਕਰਦੇ ਹੋ? ਉਹ ਬੇਵਕੂਫ ਹੈ, ਜਾਇਜ਼ਾ ਦੀ ਗੱਲ ਨਹੀਂ। ਜਾਇਜ਼ਾ ਦੀ ਬੜੇ ਦੋਸਤਾਂ ਦਾ ਸ਼ੋਰੂਮ ਆ ਸਾ ਫਰਨੀਚਰ ਦਾ ਨਾ, ਮਾਲਕਾਂ ਧਮਕੀ ਦਿੱਤੀ ਦੁਕਾਨ ਖਾਲੀ ਕਰੋ ਤੇ ਉਸ ਮੁਗ ਮਿੰਦਾ ਕੀਤੇ ਨਹੀਂ। ਇਹ ਸੁਣੋ ਬਖਸ਼ੀ ਸਾਹਿਬ, ਇਹ ਆਪਣੇ ਤੁਸਤਾ ਘਰ ਖਾਲੀਏ ਤੇ ਮਾੜਾ ਸਮਾਨ ਇਸ ਤਰ੍ਹਾਂ ਤਾਂ ਬਿਆਹ ਦੇ ਦੌਰਾਨ ਤੁਸਾਂ ਕੋ ਕੀ ਜ਼ਰੂਰਤ ਪੇਸ਼ ਆਈ? ਇੱਕ ਤਰਫੋਂ ਤੁਸਾਂ ਪੁੱਤਰਾ ਦਾ ਬਿਆਹ ਲੱਗਿਆ ਦਾ, ਉਹ ਇੱਕ ਜਈ ਆ ਗਿਆ ਨਾ, ਇੱਕ ਜਈ ਆ ਗਿਆ ਵੀ ਆ ਗਿਆ ਤੇ ਦੋਸਤਾਂ ਦੇ ਸਮੇਂ ਤੇ ਦੋ ਹੀ ਗੱਲਾਂ ਨੇ ਕਿ ਜੇ ਤੁਸਾਂ ਵੀ ਦਿਲ ਖੋਲ ਕੇ ਕਹਦਾ ਪੁੱਤਰਾ ਦਾ ਬਿਆਹ ਆਸਾ ਅਸੇ ਜੋ ਉਸਤਾ ਫਰਨੀਚਰ ਮੇ ਕਰਾਇਆ ਇਸ ਸਾਥ ਰਸੇ ਮੇ ਪੁੱਤਰਾ ਮੜਿਆ ਬਿਆਹ ਤੇ ਲੋਕ ਕੁੱਤਾ ਬੈਸੇ ਤੇ ਬੇਣੇ ਆ ਭਾਈ ਤੋੜ ਚੁਲੇ ਹੋਵੇ ਤੇ ਤੁਸੀਂ ਸਿਰਸੇ ਲੇਕਿਨ ਇਹ ਗੱਲ ਨਹੀਂ, ਗੱਲ ਕੋਈ ਹੋਰ ਹੈ। ਇਹ ਛਪਾਉਂਦੇ ਨਹੀਂ, ਇਹ ਗੱਲ ਹੁੰਦੀ ਹੈ ਇੱਕ ਦੇਸ਼ ਦੇ ਅੰਦਰ ਦੁਆ ਖਤਮ ਇਸ ਤੋਂ ਜ਼ਿਆਦਾ ਦੇਸ਼ ਨਾ ਰੀਸ ਪ੍ਰੀਸੀ ਬੜੇ ਮਾਸ਼ਾਅੱਲਾ ਤੁਸੀਂ ਬੜਾ ਕਰਾ ਦੀ ਹੋ। ਇਹਨਾਂ ਦੇ ਦਾਦੇ ਦਾ ਸੀ ਨਾ ਜੀ, ਉਹ ਦੌਰ ਨੰਬਰਦਾਰ ਆਸੇ ਗ੍ਰਾਂ ਦੇ, ਅੱਛਾ ਤੋ ਕਿਸੇ ਗਮਾ ਖੁਸ਼ੀ ਜੁਲਦੇ ਨੇ ਆਸੇ ਕੀਆਂ ਜਿਤ ਬਸ ਆਪਣੀ ਸੋਟੀ ਭੇਜ ਛੋੜਦਾ ਸਾ, ਆਖਦਾ ਸਾ ਇਹ ਆਈ ਤੇ ਮੈਂ ਸਮਝੋ ਮੈਂ ਆਇਆ। ਅੱਛਾ ਸੋਟੀ ਆਈ ਤੇ ਛੋਟੀਆਂ ਜਮਾ ਹੋ ਗਈਆਂ ਗ੍ਰਾਮਾਂ ਵਿੱਚ, ਹੁਣ ਆ ਜਾ ਨੰਬਰਦਾਰ ਆ ਪੁੱਤਰਾ ਪਿਆ ਸਾਰੇ ਰੋਟੀ ਖਾਓ ਮੜੇ ਪੁੱਤਰ ਜੀ ਖੁਸ਼ੀ ਵਿੱਚ। ਗ੍ਰਾਂ ਨੇ ਸਲਾਹ ਕੀਤੀ ਨੰਬਰਦਾਰਾ ਤੋਂ ਛੋੜ ਦੇਣਾ, ਜਿਸ ਤਰ੍ਹਾਂ ਵਿਆਹ ਰੋਟੀ ਪੱਕੀ ਦੀ ਨੰਬਰਦਾਰ ਦਿਖਿਆ ਗ੍ਰਾਮ ਵਿੱਚ ਕੋਈ ਮਜ਼ਾ ਹੀ ਨਹੀਂ ਆ ਰਿਹਾ। ਦੋ ਬੰਦੇ ਖੋਤੇ ਘਣ ਗਿਆ ਖੋਤਿਆਂ ਦਾ ਛੋਟੀਆਂ, ਅੱਛਾ ਤੇ ਉਹਨਾਂ ਆਖਿਆ ਜਨਾਬ ਨੰਬਰਦਾਰ ਸਾਹਿਬ ਗ੍ਰਾਂ ਵਾਲੇ ਆਖਦੇ ਇਹ ਛੋਟੀਆਂ ਆਈਆਂ ਸਮਝੋ ਅਸੀਂ ਆ ਗਿਆ ਤੁਸੀਂ ਜਾਣੋ। ਤੁਸੀਂ ਇਹ ਗੱਲ ਹੁੰਦੀ ਹੈ ਐਸੇ ਕੋ ਆਪਣੇ ਕੋਲੋਂ ਬੜਾ ਛੋੜੀਏ ਗੱਲ ਇਹ ਕੋਈ ਇਹ ਜ਼ਰੂਰ ਹੈ ਜੀ ਗੱਲ ਨਹੀਂ, ਮੈਂ ਵੀ ਕਹਿਣਾ ਦੋ ਚਾਰ ਲਫ਼ਜ਼ ਜਿਹੜੇ ਬੋਲੇ ਮਾਸ਼ਾਅੱਲਾ। ਤੁਸੀਂ ਇਹ ਗੱਲ ਦੱਸੋ ਜਿਹੜੇ ਤੁਸਾਂ ਅੱਜ ਇਤਨੇ ਲੰਮੇ ਲੰਮੇ ਕਾਂਟੇ ਪਾਏ ਨੇ ਜੇਜ਼ਾ ਦੇਣ ਜਾਂ ਕਿ ਤੁਸਾਂ ਕੋ ਬਰੀ ਵੀ ਥਾਏ? ਅੱਛਾ ਗੱਲ ਜੇ ਤਾਂ ਵਿਆਹ ਦੀ ਹੋਵੇ ਤੇ ਉਸ ਤੇ ਜਿਊਲਰੀ ਨਾ ਹੋਵੇ, ਮਤਲਬ ਝੁਮਕੇ ਨਾ ਹੋਵੇ ਤਾਂ ਹੋ ਹੀ ਨਹੀਂ ਸਕਦਾ। ਗੱਲ ਵਿਆਹ ਦੀ ਹੋ ਰਹੀ ਹੈ ਸੀ ਜੇਜ਼ਾ ਪਾਰੀ ਜਿਊਲਰੀ ਪਾਰੀ ਦੀ ਹੋਣਾ ਆਸਾ ਦਿਲ ਦੇਖੋ ਜੀ ਗੱਲ ਹੋ ਰਹੀ ਸੀ ਜਹੇਜ਼ ਦੀ, ਠੀਕ ਹੈ ਤੁਸੀਂ ਗੱਲਾਂ ਬਦਲਾਉਂਦੇ ਕਿਉਂ? ਜਹੇਜ਼ ਦੀ ਗੱਲ ਕਰੋ ਇਹ ਜਿਹੜੀ ਦੇਖੋ ਨਾ ਤੁਸੀਂ ਸੁਣੋ ਉਹਨਾਂ ਕੋਲੋਂ ਸਾਰਾ ਜਹੇਜ਼ ਚਾ ਕੇ ਦਾ ਸਾਰਾ ਕੁਝ ਉਹਨਾਂ ਤੋਂ ਹੋਰ ਆਪਣੀਆਂ ਧੀਆਂ ਵੀ ਪੈਣੀਆਂ ਸੀ ਕੋਈ ਦਿੱਤਾ ਸੀ ਆਖਰ ਨਾ ਜੀ ਕੀ ਦਿੱਤਾ ਸੀ ਨਾ ਜੀ ਅਗਰ ਜਹੇਜ਼ ਕਹਿੰਦਾ ਤਾਂ ਸੋਨਾ ਵੀ ਇਹ ਦੋ ਤਰਫਾ ਹੁੰਦਾ ਨਾ ਜਿਹੜੇ ਜਹੇਜ਼ ਦੇ ਨਾ ਸੋਨੇ ਦੀ ਵੀ ਤਾਂ ਡਿਮਾਂਡ ਕਰਦੇ ਉਹ ਸੁਣੋ ਨਾ ਅਜੇ ਤਾਂ ਦੇਖੋ ਅਜੇ ਤਾਂ ਕਰਦੇ ਦਾ ਅੱਛਾ ਪਹਿਲੀ ਗੱਲ ਦੇਖੋ ਇਹ ਪ੍ਰੋਗਰਾਮ ਬੈਠਕ ਹੈ ਹਾਂ ਇਸ ਬੈਠਕ ਕਿਨਕਾ ਸਾਰਿਆਂ ਟੁਰਨਾ ਹੈ ਹਾਂ
ਤੁਸੀਂ ਆਪਣੀ ਗੱਲ ਕਰਦੇ ਹੋ, ਆਪਣੀ ਕਰਦੇ ਨੇ, ਵਿੱਚੇ ਆਪਣੀ ਕਰ, ਇੱਕ ਇੱਕ ਕਰਕੇ ਕਰੋ ਉਸਤੇ ਨਾਜ਼ਰੀਨ ਸੁਣਦੇ ਨਾ ਸੰਕੋਚ ਨਹੀਂ ਮਾਨ ਮਜ਼ਮਾਨ ਬੈਠੇ ਦੇ ਨਸੇ ਕਲੇ ਕਲੇ ਬੋਲੋ ਤੁਸੀਂ ਆਖਿਆ ਇਹਨਾਂ ਵੀ ਕੋਈ ਦਿੱਤਾ ਸੀ ਆਖਿਆ ਮੈਂ ਉਹਨਾਂ ਕੋ ਦੁਆ ਦਿੱਤੀ ਦੁਆ ਨਹੀਂ ਦਿੱਤੀ ਇਹ ਤਾਂ ਮਹਿਮਾਨ ਹੀ ਨਾਤੀ ਕਿ ਬਈ ਇਹ ਜਿਸ ਜਿੱਥੇ ਜੇਜ ਦਿੱਤਾ ਜੁੰਦਾ ਨਾ ਅਗਲੇ ਲਿਖ ਕਹਿੰਦੇ ਨਾ ਅਸਾਂ ਇਤਨੇ ਤੋਲੇ ਸੋਨਾ ਕਿੰਨਾ ਅਸਾਂ ਇਤਨਾ ਆਪਣੀ ਬੱਚੀ ਦਾ ਮਿਹਰ ਰੱਖਣਾ ਭਾਵੇਂ ਅਗਲਾ ਵਿਚਾਰਾ ਤਿਆੜੇ 100 ਰੁਪਏ ਦੀ ਤਿਆੜ ਵੀ ਨਾ ਲਾ ਸਕਦਾ ਹੋਵੇ ਲੇਕਿਨ ਉਸ ਤੇ ਇਤਨਾ ਬੋਝ ਤਾਂ ਪੈ ਜੁੰਦਾ ਅੱਛਾ ਸਾਇਮਾ ਅਗਲੇ ਸੁਣ ਜਿਹੜੀ ਗੱਲ ਤੁਸੀਂ ਕੀਤੀ ਹੈ ਨਾ ਜੀ ਕਿ ਇਹ ਨਾਜ਼ਰੀਨ ਕੋ ਵੀ ਮੈਂ ਦੱਸਣਾ ਚਾਹੁੰਦੀ ਹਾਂ ਤੁਸੀਂ ਗੱਲ ਬੜੀ ਪਤੇ ਦੀ ਕੀਤੀ ਹੈ ਕਿ ਜਿਸ ਵੇਲੇ ਬੱਚੀਆਂ ਕੋ ਲੋਕ ਜੇਲ ਦਿੰਦੇ ਨਾ ਤਾਂ ਲਿਸਟ ਬੜਾ ਕਾ ਤਾਂ ਅਗਲੇ ਮੇਰਾ ਖਿਆਲ ਹੈ ਕਹਿੰਦੇ ਨੂੰ ਨਾ ਕੋਲੋਂ ਤਾਂ ਰਿਆਨਾ ਖਾਨ ਸਾਹਿਬਾ ਮੈਂ ਸਵਾਲ ਜਿਹੜਾ ਉਹ ਸਵਾਲ ਕਿ ਇੱਕ ਮਸ਼ਵਰਾ ਮੈਂ ਦੇਣਾ ਚਾਹੁੰਦੀ ਹਾਂ ਵੁਮਨ ਕਮਿਸ਼ਨ ਦੇ ਹਵਾਲੇ ਨਾਲ ਕਿ ਤੁਸੀਂ ਆਪਣੇ ਅਦਾਰੇ ਦੇ ਵਿੱਚ ਇਹ ਲੋਕਾਂ ਕੋ ਔਰਤਾਂ ਕੋ ਦੱਸਦੇ ਹੋ ਅਗਰ ਨਹੀਂ ਦੱਸਦੇ ਹੋ ਕਿ ਜੇਜ਼ ਕਿੰਨਾ ਜੇਜ਼ ਦੇਣਾ ਕਿੰਨਾ ਇਹ ਨਾਸੂਰ ਹੈ ਔਰ ਮਾਸ਼ਰੇ ਦੇ ਵਿੱਚ ਜਿਹੜੀ ਹੈ ਤਰੱਕੀ ਨਹੀਂ ਕਰ ਰੱਖਦਾ ਮਾਸ਼ਰਾ ਤਬਾਹ ਹੁੰਦਾ ਇਸ ਨਾਲ ਇਸ ਦੇ ਉੱਪਰ ਤੁਸੀਂ ਕਦੀ ਇਹਨਾਂ ਕੋ ਦਿੰਦੇ ਹੋ ਗੱਲਾਂ ਬਾਤਾਂ ਕਰਦੇ ਹੋ ਆਪਣੇ ਕੁੜੀਆਂ ਕੋ ਬੈਠ ਕੇ ਲੇਕਿਨ ਗੱਲ ਇਹ ਹੁੰਦੀ ਕਿ ਕਮਿਸ਼ਨ ਕਿਤਨਾ ਇਹ ਗੱਲਾਂ ਕਰਸੀ ਨਾ ਮਤਲਬ ਹਰ ਜਿਹੜੇ ਜਿਹੜਾ ਸਾਡਾ ਮਾਸ਼ਰਾ ਦਾ ਹਰ ਬੰਦੇ ਆਪਣਾ ਕਿਰਦਾਰ ਅਦਾ ਕਰਨਾ ਨਾ ਬਿਲਕੁਲ ਠੀਕ ਆ ਤੇ ਮੈਂ ਇੱਕ ਹੋਰ ਗੱਲ ਇਸ ਤੇ ਆਗਾਹੀ ਜਿਹੜੀ ਮੈਂ ਆਖਦੀ ਹਾਂ ਇਸ ਦੇ ਬਾਰੇ ਮੈਂ ਆਖਣਾ ਚਾਹੁੰਦੀ ਹਾਂ ਕਿ ਤੁਸੀਂ ਜਿਹੜਾ ਵੁਮਨ ਕਮਿਸ਼ਨ ਹੈ ਇਸ ਦੇ ਵਿੱਚ ਤੁਸਾਂ ਦਾ ਦਫ਼ਤਰ ਕੁਥਾ ਤੁਸਾਂ ਨਾਲ ਅਗਰ ਕੋਈ ਰਾਬਤਾ ਕਰਨਾ ਚਾਹਵਾ ਨਾ ਕੁੜੀਆਂ ਦੇ ਮਸਾਇਲ ਦੇ ਵਾਲੇ ਨਾਲ ਉਹ ਕਿਸ ਤਰ੍ਹਾਂ ਰਾਬਤਾ ਕਰ ਰੱਖਦੇ ਨੇ ਤੁਸਾਂ ਦਫ਼ਤਰ ਕੁਥਾ ਦੂਸਰਾ ਇਹ ਗੱਲ ਹੈ ਕਿ ਤੁਸਾਂ ਦੇ ਨਾਲ ਉਸ ਕਮਿਸ਼ਨ ਦੇ ਵਿੱਚ ਹੋਰ ਖਵਾਤੀਨ ਵੀ ਤਾਂ ਉਸਰਨ ਉਹਨਾਂ ਕੋਲ ਤੁਸੀਂ ਕੀ ਆਖਦੇ ਹੋ ਮੈਂਬਰਾਨ ਹਨ ਜਾਂ ਨੌਕਰੀ ਕਰਦੀਆਂ ਹਨ ਬਾਰੇ ਕੋਈ ਤਫਸੀਲ ਦੱਸੋ ਅਸ ਦੇ ਨਾਜ਼ਰੀਨ ਤੁਸਾਂ ਨੂੰ ਦੇਖਦੇ ਨੇ ਬਿਲਕੁਲ ਇਸ ਕਮਿਸ਼ਨ ਵਿੱਚ ਮੈਂਬਰਾਨ ਹੋਣੇ ਫਿਰ ਅਸੀਂ ਨੇ ਅਤਰੇ ਐਕਸ ਓਫੀਸ਼ੀਓ ਮੈਂਬਰ ਹੋਣੇ ਜਿਹੜੇ ਜਿਸ ਵਿੱਚ ਪੁਲਿਸ ਡਿਪਾਰਟਮੈਂਟ ਦਾ ਹੈਲਥ ਡਿਪਾਰਟਮੈਂਟ ਦਾ ਔਰ ਫਾਈਨਾਂਸ ਡਿਪਾਰਟਮੈਂਟ ਦਾ ਅੱਛਾ ਬਾਕੀ ਅੱਜ ਇਸ ਤੋਂ ਬਾਅਦ ਅਸੀਂ ਅੱਗੇ ਜੁਲਨੇ ਆ ਡਿਸਟ੍ਰਿਕਟ ਕਮੇਟੀਆਂ ਲੈ ਹਰ ਡਿਸਟ੍ਰਿਕਟ ਵਿੱਚ ਇੱਕ ਚੇਅਰਪਰਸਨ ਰੱਖਣੇ ਔਰ ਉਸ ਫਿਰ ਅੱਗੇ ਮੈਂਬਰ ਬਣਾਈ ਦੇਣਾ ਤਾਂ ਕਿ ਈਜ਼ੀ ਐਕਸੈਸ ਹੋਈ ਅੱਛਾ ਨਾ ਕਿਉਂਕਿ ਸਾਰੇ ਲੋਕਾਂ ਨੇ ਐਕਸੈਸ ਇੱਥੇ ਨਹੀਂ ਮਰਕਜ਼ ਤੱਕ ਨਹੀਂ ਅੱਛੀ ਸਕਦੀ ਅਖਬਾਰ ਅੱਛਾ ਤੁਸਾਂ ਦੇ ਆਖਣ ਦਾ ਮਤਲਬ ਹੈ ਕਿ ਅਪਰੋਚ ਕਿਸੇ ਕੋ ਤੁਸਾਂ ਤੱਕ ਪਹੁੰਚਣੇ ਵਾਸਤੇ ਹਰ ਕਮੇਟੀਆਂ ਤੁਸਾਂ ਰੱਖੀ ਦੀਆਂ ਜ਼ਿਲ੍ਹਾ ਵਿੱਚ ਰੱਖੀ ਦੀਆਂ ਤਾਂ ਬਸ ਇਹ ਹੈ ਤੁਸਾਂ ਕੋ ਅਸੀਂ ਦੇਸਾਂ ਮਸ਼ਵਰਾ ਇਸ ਪ੍ਰੋਗਰਾਮ ਦੀ ਵਿਸਾਤਤ ਦੇ ਨਾਲ ਕਿ ਤੁਸੀਂ ਜਿਤਨੀਆਂ ਵੀ ਕਮੇਟੀਆਂ ਰੱਖੀਆਂ ਉੱਥੇ ਅਗਾਈ ਮੁਹਿੰਮ ਇੱਕ ਜਿਹੜਾ ਨਾ ਇੱਥੋਂ ਸਰਕੂਲਰ ਚਲਾਓ ਜੀ ਤਾਂ ਕਿ ਪੂਰੇ ਤਮਾਮ ਆਜ਼ਾਦ ਕਸ਼ਮੀਰ ਦੇ ਤਮਾਮ ਅਜ਼ਲਾ ਦੇ ਵਿੱਚ ਇਹ ਕੀ ਦਿਹਾੜੇ ਵਿੱਚ ਅਗਾਈ ਮੁਹਿੰਮ ਹੋਵਾ ਇਹ ਉਹਨਾਂ ਕੋ ਅਗਾਈ ਦਿਓ ਕਿ ਜੇਜ਼ ਕਿੰਨਾ ਜੇਜ਼ ਦੇਣਾ ਇੱਕ ਲਾਨਤ ਹੈ ਅੱਛਾ ਇਸ ਵਾਸਤੇ ਇਹ ਨਹੀਂ ਹੋ ਸਕਦਾ ਕਿ ਜੇਜ਼ ਦੀ ਰੋਕਥਾਮ ਵਾਸਤੇ ਔਰ ਜਿਹੜੇ ਅਸੀਂ ਜਿਸ ਤਰ੍ਹਾਂ ਕੀਤਾ ਕਿ ਮਤਲਬ ਬੱਚਾ ਅਗਰ 100 ਰੁਪਏ ਦਿਹਾੜੀ ਵੀ ਨਹੀਂ ਲਾ ਸਕਦਾ ਲੇਕਿਨ 10-12 ਤੋਲੇ ਦਾ ਸੋਨਾ ਦਾ ਉਸਦਾ ਇਸ ਵਾਸਤੇ ਕੋਈ ਕਾਨੂੰਨ ਸਾਜ਼ੀ ਹੋ ਸਕਦੀ ਹੈ ਕਿ ਮਤਲਬ ਅਸੈਂਬਲੀ ਫਲੋਰ ਤੇ ਗੱਲ ਕਰਕੇ ਇਸ ਕੋ ਮਤਲਬ ਰੋਕਿਆ ਜਾ ਸਕੇ ਇਸ ਵਾਸਤੇ ਕੋਈ ਹਦੂਦ ਮੁਕਰਰ ਕੀਤੀ ਜਿਹੜਾ ਜਿਵੇਂ ਕੁੜੀ ਵਾਲਿਆਂ ਵਾਸਤੇ ਵੀ ਆਸਾਨੀ ਔਰ ਲੜਕੇ ਵਾਲਿਆਂ ਵਾਸਤੇ ਦੇਖਾ ਯੋ ਅਸੇ ਨੇ ਮਾਸ਼ਰੇ ਨਾ ਕੰਮ ਦਾ ਮਤਲਬ ਮੈਂ ਰਾਵਲਾਕੋਟ ਨੇ ਗਾਉਂ ਖੜਿਕ ਨਹੀਂ ਦੀ ਉਸਨਾ ਅੱਛਾ ਅੱਗੇ ਸ਼ਾਦੀ ਮਾੜੀ ਦੂਏ ਹਲਕੇ 'ਚ ਹੋਏ ਨੇ ਖੜਿਕ 'ਚ ਇਸ ਟਾਈਮ ਕਮੇਟੀ ਬਣਦੀ ਨਹੀਂ ਖੜਿਕ ਵੈਲਫੇਅਰ ਕਮੇਟੀ ਨਾ ਉਸ ਵਿੱਚ ਜਨਾਜ਼ੇ ਨੇ ਰਸੂਮਾਤ ਔਰ ਜਿਹੜਾ ਸ਼ਾਦੀ ਨੇ ਮੇਰੇ ਭਾਂਜੇ ਨੇ ਨਾ ਨਿਕਾਹ ਬਰਾਤੀ ਨਾ ਬਿਲਕੁਲ ਮਹਿਦੂਦ ਜੇ ਲੋਕ ਗਏ ਇਤਨਾ ਕੋਈ ਗੈਦਰਿੰਗ ਨਹੀਂ ਉੱਥੇ ਉਹਨੇ ਤਾਇਨ ਕੀਤਾ ਨਾ 2 ਤੋਲੇ ਸੁਪਰ ਜ਼ੇਵਰ ਤੁਸੀਂ ਇਤਨਿਆ ਦੇ ਸਕਨੇ ਚਾਹੇ ਉਹ ਅਮੀਰ ਦਾ ਚਾਹੇ ਉਹ ਗਰੀਬ ਦਾ ਆਪਸ ਨਾ ਇੱਕ ਪੂਰੇ ਗਾਉਂ ਨਾ ਇੱਕ ਕਮੇਟੀ ਦੀ ਨਾ ਤਾਂ ਇਸੇ ਤਰ੍ਹਾਂ ਅਸੀਂ ਜਿਹੜੇ ਜਿੰਨੇ ਵੀ ਡਿਸਟ੍ਰਿਕਟ ਤੇ ਉਸ ਵਿੱਚ ਆਪਣੇ ਆਪਣੇ ਗਾਉਣੇ ਇਸੀ ਉਸੇ ਕੀ ਫਾਲੋ ਕਰੀ ਤੋ ਕਮੇਟੀਆਂ ਬਣਾ ਆਪਣੀਆਂ ਅੱਛਾ ਮਤਲਬ ਅਸ ਦੇਖਾ ਮਤਲਬ ਜਾਂ ਤੂੰ ਉਸਤਿਆ ਜਾਂ ਕੋਈ ਵੀ ਤਾਂ ਅਸ ਦੂਸਰੇ ਡਿਸਟ੍ਰਿਕਟ ਵੀ ਕੱਚੀ ਉਸ ਤਰ੍ਹਾਂ ਕਰ ਨਹੀਂ ਕਰੀ ਸਕਨੇ ਕਿ ਜਦੋਂ ਤੱਕ ਅਖਬਾਰ ਆ ਗਿਆ ਗਰਮ ਅਖਬਾਰ ਤਾਜ਼ਾ ਖਬਰ ਆ ਗਈ ਤਾਜ਼ਾ ਕੀ ਖਬਰ ਹੈ ਬੜੀ ਤਾਜ਼ਾ ਤੂੰ ਪਕੌੜੇ ਬਣਾਉਣਾ ਤਾਜ਼ਾ ਆਈਏ